ਸੜਕ ਵਿਚਾਲੇ ਉਦੋਂ ਚੀਕ ਚਿਹਾੜਾ ਮੱਚ ਗਿਆ ਜਦੋਂ ਇੱਕ ਸਵਾਰੀਆਂ ਨਾਲ ਭਰੀ ਬੱਸ ਦੇ ਵਿੱਚ ਟਿੱਪਰ ਆ ਵੱਜਿਆ। ਟੱਕਰ ਇੰਨੀ ਜ਼ਬਰਦਸਤ ਹੋਈ ਕਿ ਬੱਸ ਦਾ ਮੂਰਲਾ ਹਿੱਸਾ ਚਕਨਾ ਚੂਰ ਹੋ ਗਿਆ, ਉਹ ਵੀ ਡਰਾਈਵਰ ਵਾਲੀ ਸਾਈਡ ਦਾ, ਜਿਸ ਕਰਕੇ ਡਰਾਈਵਰ ਵੀ ਗੰਭੀਰ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਉਧਰ ਹੀ ਦੱਸ ਦਈਏ ਕਿ ਬੱਸ ਦੇ ਵਿੱਚ ਜੋ ਸਵਾਰੀਆਂ ਸਨ ਉਹਨਾਂ ਦੀਆਂ ਵੀ ਚੀਕਾਂ ਨਿਕਲ ਗਈਆਂ ਜਦੋਂ ਬੱਸ ਨੂੰ ਝਟਕਾ ਲੱਗਿਆ, ਟੱਕਰ ਲੱਗੀ ਟਿੱਪਰ ਦੇ ਨਾਲ ਜੋ ਕਿ ਬੱਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਵਿਚਾਲੇ ਹੀ ਟਿੱਪਰ ਜਦੋਂ ਬੱਸ ਦੇ ਕੋਲੋਂ ਓਵਰਟੇਕ ਕਰਦਾ ਲੰਘ ਰਿਹਾ ਸੀ ਤਾਂ ਟਿੱਪਰ ਦੀ ਸਾਈਡ ਇਸ ਬੱਸ ਨੂੰ ਲੱਗ ਗਈ, ਜਿਸ ਕਰਕੇ ਬੱਸ ਦਾ ਮੂਰਲਾ ਹਿੱਸਾ ਜਿੱਥੇ ਡਰਾਈਵਰ ਬੈਠਾ ਹੁੰਦਾ ਹੈ ਉਹ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ, ਚਕਨਾ ਚੂਰ ਹੋ ਗਿਆ, ਜਿਸ ਕਰਕੇ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਨੇ। ਰਾਹਗੀਰ ਦੇ ਵੱਲੋਂ ਹੀ ਡਰਾਈਵਰ ਨੂੰ ਹਸਪਤਾਲ ਪਹੁੰਚਾਇਆ ਗਿਆ। ਦੱਸ ਦਈਏ ਕਿ ਹਾਦਸਾ ਸਮਾਣਾ ਪਟਿਆਲਾ ਸੜਕ ਤੇ ਪਿੰਡ ਫਤਿਹਪੁਰ ਦੇ ਨੇੜੇ ਵਾਪਰਿਆ, ਜਿੱਥੇ ਬੱਸ ਸਟੈਂਡ ਤੇ ਪੰਜਾਬ ਰੋਡਵੇਜ਼ ਦੀ ਬੱਸ ਜੋ ਕਿ ਚੰਡੀਗੜ੍ਹ ਤੋਂ ਹਿਸਾਰ ਆ ਰਹੀ ਸੀ ਤੇ ਉਧਰ ਹੀ ਟਿੱਪਰ ਜੋ ਕਿ ਪਿੰਡ ਫਤਿਹਪੁਰ ਦੇ ਨੇੜੇ ਪਹੁੰਚਿਆ ਸੀ ਤਾਂ ਇਸੇ ਵਿਚਾਲੇ ਜਦੋਂ ਇਹ ਟਿੱਪਰ ਬੱਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਸੇ ਵਿਚਾਲੇ ਇਸਦੀ ਟਿੱਪਰ ਦੇ ਨਾਲ ਸਾਈਡ ਲੱਗ ਗਈ। ਡਰਾਈਵਰ ਤੇ ਕਹਿਣਾ ਹੈ ਕਿ ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਉਧਰ ਸਵਾਰੀਆਂ ਵੀ ਜਿਹੜੀਆਂ ਨੇ ਉਹਨਾਂ ਦਾ ਵੀ ਵਾਲ ਵਾਲ ਬਚਾਅ ਹੋਇਆ, ਪਰ ਇੱਥੇ ਬੱਸ ਦਾ ਮੂਰਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ ਤੇ ਜੋ ਡਰਾਈਵਰ ਨੂੰ ਸੱਟਾਂ ਲੱਗੀਆਂ ਨੇ ਉਹ ਵੀ ਹਸਪਤਾਲ 'ਚ ਜ਼ੇਰੇ ਇਲਾਜ ਹੈ। ਵੱਡੀ ਗੱਲ ਇਹ ਹੈ ਕਿ ਜੇਕਰ ਇਹ ਟੱਕਰ ਆਮੋ ਸਾਹਮਣੇ ਹੁੰਦੀ ਤਾਂ ਹੋਰ ਵੀ ਜ਼ਿਆਦਾ ਨੁਕਸਾਨ ਹੋਣਾ ਸੀ ਤੇ ਕਈ ਜਾਨਾਂ ਵੀ ਜਾ ਸਕਦੀਆਂ ਸਨ। ਜ਼ਖਮੀ ਹੋਏ ਬੱਸ ਡਰਾਈਵਰ ਨੇ ਦੱਸਿਆ ਹੈ ਕਿ ਉਹ ਆਪਣੀ ਸਾਈਡ ਤੋਂ ਆ ਰਿਹਾ ਸੀ, ਪੰਜਾਬ ਰੋਡਵੇਜ਼ ਦੀ ਇਹ ਬੱਸ ਲੈ ਕੇ ਆ ਰਿਹਾ ਸੀ, ਚੰਡੀਗੜ੍ਹ ਤੋਂ ਹਿਸਾਰ ਜਾਣਾ ਸੀ ਤੇ ਇਸ ਦੇ ਵਿਚਾਲੇ ਪਿੱਛੋਂ ਆਏ ਇੱਕ ਟਿੱਪਰ ਨੇ ਜੋ ਕਿ ਇਸ ਬੱਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਸੇ ਵਿਚਾਲੇ ਉਸਦੀ ਸਾਈਡ ਇਸ ਬੱਸ ਨੂੰ ਲੱਗ ਗਈ, ਜਿਸ ਕਰਕੇ ਬੱਸ ਦਾ ਡਰਾਈਵਰ ਵਾਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ ਤੇ ਡਰਾਈਵਰ ਜ਼ਖਮੀ ਹੈ ਜੋ ਹਸਪਤਾਲ 'ਚ ਜ਼ੇਰੇ ਇਲਾਜ ਹੈ। ਫਿਲਹਾਲ ਪੁਲਿਸ ਦੇ ਵੱਲੋਂ ਟਿੱਪਰ ਕਬਜ਼ੇ 'ਚ ਲੈ ਲਿਆ ਗਿਆ ਹੈ ਤੇ ਬੱਸ ਵੀ ਕਬਜ਼ੇ 'ਚ ਲੈ ਲਈ ਗਈ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਮੇਰਾ ਪਿੱਛੇ ਤੇ ਆਈ ਆ। ਅੱਛਾ, ਫੇਰ ਤੁਸੀਂ ਸਾਈਕਲ ਤੇ ਸੀ? ਸਾਈਕਲ ਤੇ ਤਾਂ ਮੈਂ। ਹਾਂ, ਸਾਈਡ ਲੱਗੀ ਤੁਹਾਨੂੰ ਵੀ? ਸਾਈਡ ਲੱਗੀ ਆ ਯਾਰ। ਅੱਛਾ, ਬਚਾਅ ਹੈ ਤੇਰਾ? ਹਾਂ, ਬਚਾਅ ਰਿਹਾ ਕਿ ਮੇਰਾ। ਚੰਡੀਗੜ੍ਹ ਤੋਂ ਠੀਕ ਹੈ ਤੁਹਾਡਾ ਕੰਡਕਟਰ? ਸਾਰੇ ਠੀਕ ਹੈ ਜੀ। ਚਲੋ ਠੀਕ। ਜਿਹੜੇ ਸਾਹਿਬ ਆਏ ਥੇ ਜੀ ਕੱਪੜੇ ਤੇ ਲੱਗਦੀ ਲੱਗ ਫਿਰ ਬਸ।